ਹਾਂਜੀ ਆ ਗਏ ਜਵਾਨੋ 13 ਤੋਂ 18 ਸਾਲ ਵਾਲੇ ਪਹਿਲੇ ਮੈਂ ਵੀਡੀਓ ਬਣਾਈ ਸੀਗੀ ਫੈਟ ਲਾਸ ਤੇ ਮਸਲ ਬਿਲਡਿੰਗ ਦੇ ਲਈ ਜਿਹਦੇ ਵਿੱਚ ਮੈਂ ਸਪੈਸ਼ਲੀ ਇਹ ਚੀਜ਼ ਕਹੀ ਸੀ ਕਿ 18 ਸਾਲ ਤੋਂ نیچے ਵਾਲੇ ਬੱਚਿਆਂ ਨੇ ਇਹ ਚੀਜ਼ ਫੋਲੋ ਨਹੀਂ ਕਰਨੀ ਮੀਨਸ ਕਿ ਉਹ ਉਸ ਵੀਡੀਓ ਨੂੰ ਦੇਖ ਕੇ ਫੈਟ ਲਾਸ ਨਹੀਂ ਕਰ ਸਕਦੇ ਸੋ ਅੱਜ ਦੀ ਵੀਡੀਓ ਸਪੈਸੀਫਿਕ ਇਹਨਾਂ ਦੇ ਲਈ ਆ ਉਹ ਵੀ 13 ਟੂ 18 ਵਾਲੇ ਇਸ ਤੋਂ نیچے ਵਾਲਿਆਂ ਨੇ ਵੀ ਇਹ ਵੀਡੀਓ ਦੇਖ ਕੇ ਕੋਈ ਵੀ ਫਾਰਮੂਲਾ ਅਪਲਾਈ ਨਹੀਂ ਕਰਨਾ ਕਿਉਂ ਨਹੀਂ ਕਰਨਾ ਕੀ ਰੀਜ਼ਨ ਆ ਜਾਂ ਕੀ ਰੀਜ਼ਨ ਸੀ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਉਹ ਵਾਲੀ ਵੀਡੀਓ ਦੇਖ ਕੇ ਫੈਟ ਲਾਸ ਨਹੀਂ ਕਰਨਾ ਇਸ ਦੇ ਬਾਰੇ ਅੱਜ ਗੱਲ ਕਰਾਂਗੇ ਕਿਉਂਕਿ ਤੁਸੀਂ ਕੋਈ ਵੀ ਚੀਜ਼ ਜੇ ਅਗਰ ਨੈਟ ਦੇ ਉੱਤੇ ਦੇਖਦੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਉਹਨੂੰ ਫਾਲੋ ਕਰਨਾ ਹੈ ਜਾਂ ਨਹੀਂ ਕਰਨਾ ਸასი ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਅਮਰਿਤਪਾਲ ਸਿੰਘ ਫਾਊਂਡਰ ਐਂਡ ਲਾਈਫਸਟਾਈਲ ਕੋਚ ਐਟ ਪੰਜਾਬੀ ਫਿਟਨੈਸ ਤੇ ਚਲੋ ਫਿਰ ਬੰਬ ਸਿਟੀਏ ਫੈਟ ਲੌਸ ਕਰਨਾ ਬਹੁਤ ਹੀ ਸੌਖਾ ਇੱਕ ਬੜਾ ਹੀ ਸਿੰਪਲ ਫਾਰਮੂਲਾ ਬਣਿਆ ਹੋਇਆ ਬੋਰਡ ਤੇ ਲਿਖਦਾ ਮੇਨਟੇਨੈਂਸ ਕੈਲਰੀਜ਼ ਮਾਈਨਸ 100 ਤੋਂ 500 ਕੈਲਰੀਜ਼ ਕਰ ਦੇਣੀ ਆ ਫੈਟ ਲੌਸ ਇਹ ਹੋ ਗਿਆ ਬੜਾ ਸਿੰਪਲ ਫਾਰਮੂਲਾ ਇਨੂੰ ਆਪਾਂ ਕਹਿ ਦਿੰਦੇ ਆ ਡਾਇਰੈਕਟ ਫੈਟ ਲੌਸ ਕਿਉਂਕਿ ਕੀ ਕੀਤਾ ਤੁਸੀਂ ਮੇਨਟੇਨੈਂਸ ਕਰਦੇ ਹੋ 300 500 ਕੈਲਰੀਜ਼ ਘਟਾ ਦਿਆਂ ਤੁਹਾਡਾ ਫੈਟ ਲੌਸ ਹੋਣਾ ਸ਼ੁਰੂ ਹੋ ਗਿਆ ਹੁਣ ਮੈਂ ਉਸ ਵੀਡੀਓ ਦੇ ਵਿੱਚ ਇਹ ਗੱਲ ਕਹੀ ਸੀ ਕਿ ਜਿਹੜੇ ਬੱਚੇ 18 ਸਾਲ ਤੋਂ نیچے ਨੇ ਉਹਨਾਂ ਨੇ ਕਦੇ ਵੀ ਡਾਇਰੈਕਟ ਫੈਟ ਲੌਸ ਨਹੀਂ ਕਰਨਾ ਕੀ ਮੈਂ ਕਿਹਾ ਸੀ ਡਾਇਰੈਕਟ ਸੋ ਡਾਇਰੈਕਟ ਫੈਟ ਲੌਸ ਕਿਉਂ ਨਹੀਂ ਕਰਨਾ ਤੁਸੀਂ ਉਹਦੇ ਪਿੱਛੇ ਇੱਕ ਰੀਜ਼ਨ ਆ ਕਿ ਸਾਡੀ ਬਾਡੀ 18 ਸਾਲ ਤੋਂ نیچے ਬਹੁਤ ਹੀ ਜ਼ਿਆਦਾ ਹਾਰਮੋਨਸ ਪ੍ਰੋਡਿਊਸ ਕਰ ਰਹੀ ਹੁੰਦੀ ਹੈ ਮੀਨਸ ਕੀ ਸੀ ਗ੍ਰੋਥ ਫੈਕਟਰ ਚ ਹੁੰਦੇ ਹਨ ਸਾਡੀ ਹੱਡੀ ਵਧ ਰਹੀ ਹੁੰਦੀ ਹੈ ਹਾਈਟ ਗਰੋ ਕਰ ਰ ਸਾਨੂੰ ਉਸ ਟਾਈਮ એનર્ਜੀ ਦੀ ਇੰਨੀ ਕਿ ਜ਼ਿਆਦਾ ਲੋਡ ਹੁੰਦੀ ਆ ਕਿ ਅਸੀਂ ਬਾਡੀ ਦੇ ਵਿੱਚੋਂ ਇਹ ਨਹੀਂ ਕਰ ਸਕਦੇ ਕਿ ਮੈਂ ਤੈਨੂੰ 300 ਤੋਂ 500 ਕੈਲਰੀ ਘੱਟ ਦਊਂਗਾ ਤੇ ਤੂੰ ਮੇਰਾ ਫੈਟ ਲੌਸ ਕਰ ਦੇ ਨਹੀਂ ਬਾਡੀ ਦਾ ਉਸ ਟਾਈਮ ਗੋਲ ਫੈਟ ਲੌਸ ਨਹੀਂ ਆ ਬਾਡੀ ਦਾ ਉਸ ਟਾਈਮ ਗੋਲ ਹੈਗਾ ਗਰੋਥ ਕਿਉਂਕਿ 18 ਸਾਲ ਤੱਕ ਤੁਸੀਂ ਜੋ ਵੀ ਗਰੋਥ ਕਰ ਲਈ ਬਸ ਉਸ ਤੋਂ ਬਾਅਦ ਲੱਗ ਜਾਣਾ ਪਾਉਜ਼ ਉਸ ਤੋਂ ਬਾਅਦ ਤੁਹਾਡੀ ਗਰੋਥ ਨਹੀਂ ਹੋਣੀ ਤੁਸੀਂ ਉਸ ਤੋਂ ਬਾਅਦ ਮੈਚੂਰ ਹੋਣਾ ਹੁਣ ਤੁਸੀਂ ਫੈਟ ਲਾਸ ਜਾਂ ਮਸਲ ਬਿਲਡਿੰਗ ਕਿੱਦਾਂ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਤੁਸੀਂ ਇਹ ਦੋਨੋਂ ਵੀਡੀਓਜ਼ ਜਾ ਕੇ ਦੇਖਣੀਆਂ ਨੇ ਵੀਡੀਓ ਨੰਬਰ 69 ਤੇ 70 ਮੈਂ ਉਹਨਾਂ ਦਾ ਜਿਹੜਾ ਲਿੰਕ ਆ نیچے ਡਿਸਕ੍ਰਿਪਸ਼ਨ ਤੇ ਜਾ ਆਈ ਬਟਨ 'ਚ ਕਰ ਦੂੰਗਾ ਤੁਸੀਂ ਉੱਥੇ ਜਾ ਕੇ ਆਪਣੇ ਮੇਨਟੇਨੈਂਸ ਕੈਲਰੀਜ਼ ਕੱਢ ਲੈਣੀਆਂ ਨੇ ਮੇਨਟੇਨੈਂਸ ਕੈਲਰੀਜ਼ ਜੋ ਵੀ ਤੁਹਾਡੀ ਮੇਨਟੇਨੈਂਸ ਕੈਲਰੀਜ਼ ਹੈ ਮੰਨ ਕੇ ਚਲੋ ਤੁਹਾਡੀ ਮੇਨਟੇਨੈਂਸ ਕੈਲਰੀਜ਼ ਆਈਆਂ 2500 ਸੋ ਤੁਸੀਂ ਇਹਦੇ 'ਚੋਂ 500 ਕੈਲਰੀਜ਼ ਜਾਂ 300 ਕੈਲਰੀਜ਼ ਮਾਈਨਸ ਨਹੀਂ ਕਰਨੀਆਂ ਬਿਲਕੁਲ ਵੀ ਨਹੀਂ ਕਰਨੀਆਂ ਤੁਸੀਂ ਆ ਚੀਜ਼ ਨਹੀਂ ਕਰਨੀ ਤੁਸੀਂ ਕਿਹੜੀ ਚੀਜ਼ ਕਰਨੀ ਮੈਂ ਤੁਹਾਨੂੰ ਉਹ ਦੱਸਦਾ ਤੁਸੀਂ ਜਿਹੜਾ ਫੂਡ ਇਨਟੇਕ 2500 ਕੈਲਰੀਜ਼ ਹੀ ਰੱਖਣਾ ਵਾ ਤੁਸੀਂ ਆਪਣਾ ਸਕੂਲ ਜਾਂਦੇ ਹੋ ਪੜ੍ਹਦੇ ਹੋ ਟਿਊਸ਼ਨ ਜਾਂਦੇ ਹੋ ਸਾਰੀ ਚੀਜ਼ਾਂ ਤੁਸੀਂ ਆਪਣੀਆਂ ਕਰਦੇ ਹੋ ਤਾਂ ਤੁਸੀਂ 2500 ਕੈਲਰੀਜ਼ ਹੀ ਕੰਜ਼ੂਮ ਕਰਨੀਆਂ ਤੁਸੀਂ ਕੀ ਕਰਨਾ ਜਿਹੜਾ ਡੈਫਿਸਿਟ ਕ੍ਰੀਏਟ ਕਰਨਾ ਉਹ ਇੰਡਾਇਰੈਕਟ ਵੇ ਤੋਂ ਕਰਨਾ ਇੰਡਾਇਰੈਕਟ ਵੇ ਕੀ ਹੁੰਦਾ ਤੁਸੀਂ ਆਪਣੇ ਸ케ਜੂਲ ਦੇ ਵਿੱਚ weight training ਐਡ ਕਰਨੀ ਆ weight training ਤੁਸੀਂ ਚਾਹੇ ਘਰੇ ਕਰੋ ਡੰਬਲ ਡੰਬਲ ਲਿਆ ਕੇ ਚਾਹੇ ਤੁਸੀਂ ਜਿਮ ਚ ਜਾ ਕੇ ਪਰਫਾਰਮ ਕਰੋ ਵੇਟ ਟ੍ਰੇਨਿੰਗ ਤੁਹਾਨੂੰ ਕਰਨੀ ਪੈਣੀ ਆ ਉਹਦੇ ਨਾਲ ਤੁਹਾਡੀ ਜਿਹੜੀ ਮਸਲਸ ਨੇ ਬੋਨਸ ਨੇ ਸਾਰਿਆਂ ਦੀ ਡੈਂਸਿਟੀ ਇਨਕਰੀਜ਼ ਹੁੰਦੀ ਆ ਨਾਲੇ ਡੋਲੇ ਬਣ ਜਾਣਗੇ 18 ਸਾਲ ਤੋਂ ਪਹਿਲਾਂ ਤਾਂ ਵੈਸੇ ਵੀ ਸਰੀਰ ਬੜੀ ਜਲਦੀ ਬਣਦਾ ਵਾ ਕਿਉਂਕਿ ਤੁਸੀਂ ਗਰੋਥ ਦੇ ਵਿੱਚ ਆਉਣਾ ਤੇ ਜਿਹੜੀ ਚੀਜ਼ ਗਰੋਥ ਚ ਲੈ ਕੇ ਆਉਂਦੇ ਸਾਰਾ ਕੁਝ ਇਹ ਨਾਲ ਦੀ ਨਾਲ ਬਣਦਾ ਵਾ ਸੋ ਤੁਸੀਂ ਵੇਟ ਟ੍ਰੇਨਿੰਗ ਐਡ ਕਰ ਸਕਦੇ ਹੋ ਕੋਈ ਨਾ ਕੋਈ ਐਕਟੀਵਿਟੀ ਐਡ ਕਰ ਸਕਦੇ ਹੋ ਐਕਟੀਵਿਟੀ ਹੋਗੀ ਤੁਸੀਂ ਟੈਨਿਸ ਖੇਡਣ ਚਲ ਜਾਓ ক্রিকেট ਖੇਡਣ ਚਲ ਜਾਓ ਦੌੜਨ ਚਲ ਜਾਓ ਸੋ ਇਹ ਸਾਰੀਆਂ ਚੀਜ਼ਾਂ ਜਿਹੜੀ ਤੁਸੀਂ ਐਡ ਕਰੋਗੇ ਇਹ ਐਕਸਟਰਾ ਨੇ ਇਹ ਇੰਡਾਇਰੈਕਟ ਨੇ ਇੰਡਾਇਰੈਕਟ ਵੇ ਨਾਲ ਕਿਉਂਕਿ ਮੰਨ ਕੇ ਚਲੋ ਤੁਸੀਂ ਵੇਟ ਟ੍ਰੇਨਿੰਗ ਕਰਦੇ ਹੋ ਜਾਂ ਤੁਸੀਂ ਐਕਟੀਵਿਟੀ ਕਰਦੇ ਹੋ ਤੁਸੀਂ ਇਹ ਦੋਨੇ ਚੀਜ਼ਾਂ ਮਿਲਾ ਕੇ 200 ਜਾਂ ਮੰਨ ਲਓ ਚਲੋ 300 ਕੈਲਰੀ ਤੁਸੀਂ ਬਰਨ ਕਰਕੇ ਆਨੇ ਹੋ ਸੋ ਇਹ 300 ਕੈਲਰੀ ਪਹਿਲਾਂ ਤੁਹਾਡੇ ਸ케ਜੂਲ ਚ ਨਹੀਂ ਸੀ ਬਰਨ ਕਰਨ ਲਈ ਹੁਣ ਤੁਸੀਂ ਐਡ ਕੀਤੀ ਆ ਖਾਂਦੇ ਤੁਸੀਂ 2500 ਪਹਿਲਾਂ ਵੀ ਤੁਸੀਂ 2500 ਹੀ ਖਾਂਦੇ ਪਏ ਸੀ ਪਰ ਤੁਸੀਂ ਇਹ 300 ਕੈਲਰੀ ਐਕਸਟਰਾ ਬਰਨ ਨਹੀਂ ਸੀ ਕਰਦੇ ਪਏ ਹੁਣ ਤੁਸੀਂ ਬਰਨ ਕਰਨੀ ਸ਼ੁਰੂ ਕੀਤੀ ਇਹਨੂੰ ਕਹਿੰਦੇ ਇੰਡਾਇਰੈਕਟ ਫੈਟ ਲਾਸ ਕਿ ਅਸੀਂ ਫੂਡ ਨਹੀਂ ਘਟਕੀਤਾ ਐਕਟੀਵਿਟੀ ਵਧਾਈ ਆ ਸੋ ਉਹਦੇ ਨਾਲ ਕੀ ਹੈ ਕਿ ਜਿਹੜੀ ਐਕਟੀਵਿਟੀ ਅਸੀਂ ਵਧਾਈ ਆ ਉਹ ਸਾਨੂੰ ਬੈਨੀਫਿਟ ਦੇ ਰਹੀ ਆ ਬੈਨੀਫਿਟ ਜਦੋਂ ਤੁਹਾਡੀ ਮੇਨਟੇਨੈਂਸ ਕੈਲਰੀ ਜਿੱਦਾਂ ਮੰਨ ਲਓ 2500 ਹੈ ਤੁਸੀਂ ਉਹ ਚਾ 300 ਅ ਟ੍ਰੇਨਿੰਗ ਤੋਂ ਜਾਂ ਐਕਟੀਵਿਟੀ ਤੋਂ ਚੀਜ਼ਾਂ ਐਡ ਕਰ ਕਰ ਦੋਗੇ ਨਾ ਤੁਹਾਡੀ ਬਾਡੀ ਨਾ ਕੁਝ ਕੁ weight ਡ੍ਰੌਪ ਕਰੂਗੀ ਜਿੱਦਾਂ ਮੰਨ ਕੇ ਚੱਲੋ ਤੁਹਾਡਾ ਮੰਨ ਕੇ ਚੱਲੋ 80 ਕਿਲੋ ਭਾਰ ਸੀ ਤੇ ਤੁਹਾਡੀ ਬਾਡੀ 78 ਕਿਲੋ ਲੈ ਕੇ ਆਉਗੀ ਫਿਰ ਤੁਸੀਂ 78 ਕਿਲੋ ਦੇ ਹਿਸਾਬ ਨਾਲ ਦੁਬਾਰਾ ਆਪਣੀਆਂ ਕੈਲਰੀਜ਼ ਨੂੰ ਕੈਲਕੂਲੇਟ ਕਰੋਗੇ ਫਿਰ ਤੁਹਾਡੇ ਕੈਲਰੀਜ਼ ਨਿਕਲ ਕੇ ਆਣਗੇ ਕਿੰਨੀਆਂ ਮੰਨ ਲਓ 2400 ਸੋ ਦੇਖਿਆ ਡੈਫਿਸਿਟ ਕ੍ਰੀਏਟ ਹੋ ਰਿਹਾ ਹੈ ਨਾ ਤੁਹਾਡੀ ਬਾਡੀ weight ਦੇ ਹਿਸਾਬ ਦੇ ਨਾਲ ਤੁਹਾਡਾ ਹਰ 15 ਦਿਨ ਬਾਅਦ ਤੁਸੀਂ ਆਪਣੀ ਕੈਲਰੀਜ਼ ਨੂੰ ਰੀ ਕੈਲਕੂਲੇਟ ਕਰ ਸਕਦੇ ਹੋ ਕੈਲਕੂਲੇਸ਼ਨ ਕਿੱਦਾਂ ਕਰਨੀ ਹੈ ਉਹ ਫਾਰਮੂਲਾ ਵੀ ਉਸ ਵੀਡੀਓ ਦੇ ਵਿੱਚ ਦਿੱਤਾ ਹੋ ਸੋ ਇਹਨੂੰ ਆਪਾਂ ਕਹਿੰਦੇ ਹਾਂ ਇਨਡਾਇਰੈਕਟ ਫੈਟ ਲੌਸ ਡਾਇਰੈਕਟ ਦੇ ਵਿੱਚ ਕੀ ਹੁੰਦਾ ਸਿੰਪਲ ਮੇਨਟੇਨੈਂਸ ਕੈਲਰੀਜ਼ ਕੱਢੀਆਂ 300 500 ਲੈਸ ਕੀਤੀਆਂ ਫੈਟ ਲੌਸ ਸ਼ੁਰੂ ਕਰ ਲਿਆ ਪਰ ਇਨਡਾਇਰੈਕਟ ਦਾ ਮਤਲਬ ਹੁੰਦਾ ਮੇਨਟੇਨੈਂਸ ਕੈਲਰੀਜ਼ ਖਾਣੀਆਂ ਸ਼ੁਰੂ ਕੀਤੀਆਂ ਨਾਲ ਐਕਟੀਵਿਟੀ ਐਡ ਕੀਤੀ ਜਦੋਂ ਤੁਸੀਂ ਐਕਟੀਵਿਟੀ ਐਡ ਕਰੋਗੇ ਨਾ ਉਦੋਂ ਤੁਹਾਡੀ ਐਕਸਟਰਾ ਕੈਲਰੀਜ਼ ਬਰਨ ਹੋਣਗੇ ਐਕਸਟਰਾ ਜਿਹੜੀਆਂ ਕਿ ਤੁਹਾਡੇ ਸਕੇਡਿਊਲ 'ਚ ਹੈ ਹੀ ਨਹੀਂ ਸੀ ਫਿਰ ਤੁਹਾਡਾ ਇਨਡਾਇਰੈਕਟ ਤਰੀਕੇ ਨਾਲ ਫੈਟ ਲੌਸ ਹੁੰਦਾ ਤੇ ਜਿਹੜੇ ਰਿਜ਼ਲਟਸ ਨੇ ਬਹੁਤ ਵਧੀਆ ਹੁੰਦੇ ਨੇ ਕਿਉਂਕਿ ਤੁਸੀਂ ਫੂਡ ਬਾਡੀ ਨੂੰ ਪੂਰਾ ਦੇ ਰਹੇ ਹੋ ਜਿੰਨਾ ਉਹਨੂੰ ਚਾਹੀਦਾ ਅਗਰ ਤੁਸੀਂ 80 ਕਿਲੋ ਦੇ 2500 ਕੈਲਰੀ ਚਾਹੀਦੀਆਂ 2500 ਦੇ ਰਹੇ ਹੋ ਫਿਰ ਤੁਸੀਂ 78 ਦੇ ਹੋਏ 24 ਚਾਹੀਦੀਆਂ 2400 ਦੇ ਰਹੇ ਹੋ ਪੂਰੀਆਂ ਦੇ ਰਹੇ ਹੋ ਤੁਸੀਂ ਐਕਸਟਰਾ ਮਿਹਨਤ ਕਰਕੇ ਉਹ ਕੈਲਰੀਜ਼ ਨੂੰ ਬਰਨ ਕਰਦੇ ਪਿਓ ਜਿਸ ਦੇ ਨਾਲ ਕੀ ਤੁਹਾਡਾ ਗੋਲ ਅਚੀਵ ਹੋਣ ਦੇ ਵਿੱਚ ਹੈਲਪ ਹੋ ਰਹੀ ਆ ਹੁਣ ਜਿਹੜੀ ਵੇਟ ਟ੍ਰੇਨਿੰਗ ਆ ਤੁਸੀਂ ਉਹਨੂੰ ਕਿੱਦਾਂ ਇਨਕਲੂਡ ਕਰ ਸਕਦੇ ਹੋ 3 ਟੂ 5 ਡੇਸ 3 ਟੂ 5 ਡੇਸ ਤੋਂ ਮੈਂ ਇਥੇ ਪੇਰੈਂਟਸ ਨੂੰ ਵੀ ਇਹ ਚੀਜ਼ ਕਹਿਣਾ ਚਾਹੂੰਗਾ ਕਿ ਟ੍ਰੇਨ ਦੁਬਾਰਾ ਕਹਿ ਦਿੰਨਾ weight training ਕਰਨ ਦੇ ਨਾਲ ਜਿਮ ਚ ਜਾ ਕੇ weight training ਕਰਨ ਦੇ ਨਾਲ ਹਾਈਟ ਨਹੀਂ ਰੁਕਦੀ ਸਗੋਂ ਹਾਈਟ ਇਨਕਰੀਜ਼ ਹੁੰਦੀ ਆ ਕਿਉਂ ਕਿ ਤੁਹਾਡੀ ਬਾਡੀ ਦੇ ਵਿੱਚ ਜਦੋਂ ਅਸੀਂ ਤੁਸੀਂ ਟ੍ਰੇਨਿੰਗ ਕਰਦੇ ਹੋ ਤੁਹਾਡੇ ਬਾਡੀ ਚ ਬਲੱਡ ਫਲੋ ਪ੍ਰੋਪਰ ਹੁੰਦਾ ਸਾਰੇ ਮਸਲਸ ਤੱਕ ਬੋਨਸ ਤੱਕ ਜਿਹਦੇ ਨਾਲ ਕੀ ਤੁਹਾਡੀ ਬੋਨਸ ਦੀ ਡੈਂਸਿਟੀ ਵੀ ਹੁੰਦੀ ਹੈ ਮਸਲ ਮਾਸ ਇਨਕਰੀਜ਼ ਹੁੰਦਾ ਵਾ ਉਹ ਨਿਊਟ੍ਰੀਸ਼ਨ ਜਿਹੜਾ ਤੁਸੀਂ ਖਾਦਾ ਵਾ ਜਿਹੜਾ ਤੁਹਾਡੇ ਬੱਚੇ ਨੇ ਖਾਦਾ ਵਾ ਉਹ ਬਲੱਡ ਚ ਘੁੰਮਦਾ ਹੁੰਦਾ ਤੇ ਉਹ ਨਿਊਟ੍ਰੀਸ਼ਨ ਉਸ ਥਾਂ ਤੇ ਪਹੁੰਚਦਾ ਜਿੱਥੇ ਨੀਡ ਹੁੰਦੀ ਆ ਸੋ ਇਸ ਕਰਕੇ ਵੇਟ ਟ੍ਰੇਨਿੰਗ ਬੱਚਿਆਂ ਦੇ ਲਈ ਬਹੁਤ ਜ਼ਿਆਦਾ ਹੈਲਪਫੁਲ ਆ ਅੱਜ ਕੱਲ ਦੇ ਬੱਚੇ ਤਾਂ ਉਹਦੀ ਕੋਚ ਸੋਫੇ ਤੇ ਬੈਠੇ ਰਹਿੰਦੇ ਆ ਸੋ ਉਹ ਜ਼ਿਆਦਾ ਸਗੋਂ ਹੈਲਥੀ ਨਹੀਂ ਹੈਗਾ ਕੰਮ ਵੇਟ ਟ੍ਰੇਨਿੰਗ ਜ਼ਿਆਦਾ ਹੈਲਥੀ ਹੈ ਤਿੰਨ ਤੋਂ ਪੰਜ ਦਿਨ ਟ੍ਰੇਨਿੰਗ ਕਰ ਸਕਦੇ ਹੋ ਨਹੀਂ ਪਤਾ ਨਾ ਦਿਨ ਤੋਂ ਪੰਜ ਦਿਨ ਟ੍ਰੇਨਿੰਗ ਕੀ ਕਰਨਾ ਵਾ ਹੋਮ ਵਰਕਆਊਟ ਸੀਰੀਜ਼ ਲੈਵਲ 1 ਤੇ ਲੈਵਲ 2 ਆਲਰੇਡੀ ਬਣੀਆ ਹੋਈਆਂ ਡਿਸਕ੍ਰਿਪਸ਼ਨ ਚ ਲਿੰਕ ਆ ਜਾ ਕੇ ਫੋਲੋ ਕਰ ਲਓ ਘਰੇ ਵਰਕਆਊਟ ਕਰਨਾ ਸਟਾਰਟ ਕਰ ਦੋ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਨਈਅਰ ਘਰੇ ਨਹੀਂ ਮੈਂ ਤਾਂ ਜਿਮ ਚ ਹੀ ਕਰੂੰਗਾ ਤੇ ਮੇਰੇ ਇੰਸਟਾਗ੍ਰam ਚੈਨਲ ਤੇ ਜਾਓ ਉੱਥੇ ਆਹ ਵਾਲਾ ਫ੍ਰੀ ਵਾਲਾ ਚੈਨਲ ਬਣਿਆ ਹੋਇਆ ਵਾ ਇਹਦੇ ਵਿੱਚ ਮੈਂ ਆਲਰੇਡੀ 2 ਤੋਂ 3 ਵਰਕਆਊਟ ਪਲਾਨ ਦਿੱਤੇ ਹੋਏ ਨੇ ਜਿਹੜਾ ਮਰਜੀ ਪਲਾਨ ਚੱਕ ਲਓ ਤੇ ਤੁਸੀਂ ਫਾਲੋ ਕਰਨਾ ਸ਼ੁਰੂ ਕਰ ਦਿਓ ਸੋ ਇਹ ਟ੍ਰੇਨਿੰਗ ਕਰਨ ਦੇ ਨਾਲ ਨਾਲ ਤੁਸੀਂ ਇੱਕ ਛੋਟੀ ਜਿਹੀ ਐਕਟੀਵਿਟੀ ਹੋਰ ਐਡ ਕਰ ਸਕਦੇ ਹੋ ਜਿੱਦਾਂ ਮੰਨ ਕੇ ਚੱਲੋ ਤੁਹਾਡਾ ਭਾਰ ਹੈਗਾ 80 ਕਿਲੋ 80 ਕਿਜੀ ਤੁਹਾਡਾ ਭਾਰ ਆ ਤੇ ਤੁਸੀਂ ਕਰਨਾ ਚਾਹੁੰਦੇ ਹੋ 70 ਕਿਲੋ ਮੰਨ ਕੇ ਚੱਲੇ ਨੇ 70 ਕਿਲੋ ਅਸੀਂ ਕਰਨਾ ਚਾਹੁੰਦੇ ਹਾਂ ਸੋ ਜਿੰਨਾ ਤੁਸੀਂ ਭਾਰ ਕਰਨਾ ਚਾਹੁੰਦੇ ਹੋ ਨਾ ਉਹਦੇ ਨਾਲ ਤੁਸੀਂ 100 ਨੂੰ ਗੁਣਾ ਕਰ ਲੈਣਾ ਸੋ ਮੰਨ ਲਓ 7000 7000 ਤੁਸੀਂ ਸਟੈਪਸ ਕਰ ਸਕਦੇ ਹੋ ਸਾਰੀ ਦਿਹਾੜੀ ਦੇ ਵਿੱਚ ਚੌਥੀ ਚੀਜ਼ ਆਂਦੀ ਹੋਏਗੀ ਸਲੀਪ 7 ਟੂ 9 ਆਵਰ ਸਲੀਪ ਲੈਣੀ ਪੈਣੀ ਆ ਕੋਈ ਆਪਸ਼ਨ ਹੈ ਹੀ ਨਹੀਂ ਇਹਦਾ ਹੈ ਹੀ ਨਹੀਂ ਆਪਸ਼ਨ ਮਤਲਬ ਸੌਣਾ ਹੀ ਪੈਣਾ 7 ਤੋਂ 9 ਘੰਟੇ ਜੋ ਮਰਜ਼ੀ ਹੋ ਜੇ ਤੋਂ ਇਹ ਸਾਰੀਆਂ ਚੀਜ਼ਾਂ ਦੇ ਨਾਲ ਨਾ ਮੈਂ ਇੱਕ ਵੀਡੀਓ ਬਣਾਈ ਹੋਈ ਹੈ ਪੂੜੀ ਦੇ ਉੱਤੇ ਉਹ ਤੁਹਾਡੀ ਗਰੋਥ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਹੈਲਪ ਕਰੂਗੀ ਤੁਹਾਡੇ ਮਸਲ ਮਾਸ ਨੂੰ ਜਾਂ ਬੋਨ ਡੈਂਸਿਟੀ ਨੂੰ ਇਨਕਰੀਜ਼ ਕਰਨ ਦੇ ਵਿੱਚ ਬ੍ਰੇਨ ਦੀ ਫੰਕਸ਼ਨਿੰਗ ਦੇ ਵਿੱਚ ਕਾਫੀ ਜ਼ਿਆਦਾ ਹੈਲਪ ਕਰੂਗੀ ਫ੍ਰੀ ਡਾਈਟ ਪਲਾਨ ਵੀ ਤੁਹਾਡੇ ਸਾਰਿਆਂ ਲਈ ਬਣੇ ਪਏ ਨੇ ਤੁਸੀਂ ਬਸ ਉੱਥੋਂ ਜਾ ਕੇ ਕੈਲਰੀਜ਼ ਕੈਲਕੂਲੇਟ ਕਰਨੀਆਂ ਤੇ ਆਪਣਾ ਡਾਈਟ ਪਲਾਨ ਚੱਕਣਾ ਵਾ ਜਿੰਨੀਆਂ ਕੈਲਰੀਜ਼ ਤੁਹਾਨੂੰ ਚਾਹੀਦਾ ਵਾ ਉਹ ਚੱਕ ਕੇ ਤੁਸੀਂ ਆਪਣਾ ਕੰਮ ਸ਼ੁਰੂ ਕਰ ਦੇਣਾ ਤੁਸੀਂ ਚਾਹੇ ਮੇਲੋਂ ਚਾਹੇ ਫੀਮੇਲੋਂ ਦੋਨੋਂ ਇਹ ਫਾਲੋ ਕਰ ਸਕਦੇ ਸੋ ਇਹ ਨਹੀਂ ਹੈਗਾ ਇਕੱਲੇ ਮੁੰਡਿਆਂ ਦੇ ਲਈ ਇਹ ਮੇਲ ਫੀਮੇਲ ਕੋਈ ਵੀ ਜੈਂਡਰ ਫਾਲੋ ਕਰ ਸਕਦਾ ਐਸ ਚੀਜ਼ ਨੂੰ ਸੋ ਦੈਟਸ ਇਟਸ ਇਹ ਸੀਗੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਹੁਣ ਮਿਲਾਂਗੇ ਤੁਹਾਨੂੰ ਆਪਾਂ ਅਗਲੀ ਵੀਡੀਓ ਵਿੱਚ ਵੈਗਰੂ ਮੇਰ ਕਰੇ